ਜਮਾ ਵਧੀਆ ਬਿੱਟਾ, ਪੂਰੀ ਵਧੀਆ ਬਿੱਟਾ ਬਾਈ, ਹੈ ਪੂਰੀ ਵਧੀਆ ਬਿੱਟਾ ਹੈ, ਪੂਰੀ ਵਧੀਆ ਬਿੱਟਾ। ਮੈਂ ਕਹਿੰਦਾ ਯਾਰ ਜੇ ਮੈਂ ਬੈਠਾ ਯਾਰ ਇਹਦੋਂ ਪੁੱਛ ਲੈ ਮੈਂ ਤੂੰ ਕਿੰਨੇ ਵਾਰੀ ਲੈ ਕੇ ਵਾ ਗਿਆ ਤੂੰ ਸਮਾਨ, ਸਮਾਨ ਕਿੱਦਾਂ ਸਮਾਨ ਵਧੀਆ ਤੂੰ ਵਧੀਆ ਲੈ ਕੇ ਜਾਂਦਾ ਇੱਥੋਂ, ਵਧੀਆ ਲੈ ਕੇ ਜਾਂਦਾ ਤਾਂ ਹੀ ਮੈਨੂੰ ਦਿੰਦਾ ਹੈ, ਨਹੀਂ ਮੈਂ ਕਿਸੇ ਹੋਰ ਨੂੰ ਦਿੰਦਾ ਨਹੀਂ, ਮੈਂ ਵਧੀਆ ਬਿੱਟਾ ਫਾਲਤੂ ਬੰਦਿਆਂ ਨੂੰ ਮੈਂ ਦਿੰਦਾ ਨਹੀਂ, ਮੋਟਰਸਾਈਕਲ ਤੇ ਨਸ਼ਾ ਡਿਲੀਵਰ ਕਰਦੇ ਇੱਕ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਘਰ ਘਰ ਦੇ ਵਿੱਚ ਨਸ਼ੇ ਦੀ ਡਿਲੀਵਰੀ ਦੇ ਰਿਹਾ ਹੈ। ਇੱਕ ਪਾਸੇ ਤਾਂ ਜਿੱਥੇ ਪੁਲਿਸ ਦੇ ਵੱਲੋਂ ਸੂਬੇ ਭਰ ਦੇ ਵਿੱਚ ਆਪਰੇਸ਼ਨ ਕਾਸੂ ਚਲਾਇਆ ਜਾ ਰਿਹਾ ਹੈ, ਘਰ ਘਰ ਦੇ ਵਿੱਚ ਤਲਾਸ਼ੀ ਲਈ ਜਾ ਰਹੀ ਹੈ, ਨਸ਼ਾ ਤੇ ਨਸ਼ਾ ਤਸਕਰਾਂ ਨੂੰ ਲੱਭਿਆ ਜਾ ਰਿਹਾ ਹੈ, ਤੇ ਇਸੇ ਵਿਚਾਲੇ ਹੀ ਇਹ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਇਹ ਨੌਜਵਾਨ ਸ਼ਰਿਆਮ ਬਾਈਕ ਤੇ ਨਿਕਲਿਆ ਹੋਇਆ ਹੈ ਤੇ ਘਰ ਘਰ ਨਸ਼ੇ ਦੀ ਡਿਲੀਵਰੀ ਕਰ ਰਿਹਾ ਹੈ। ਇੰਨਾ ਹੀ ਨਹੀਂ ਇਹ ਤਾਂ ਡਿਲੀਵਰੀ ਕਰਦਾ ਹੋਇਆ ਬਿਲਕੁਲ ਕਿਸੇ ਕੰਪਨੀ ਦੇ ਸੇਲਜ਼ਮੈਨ ਦੀ ਤਰ੍ਹਾਂ ਆਪਣੇ ਸਮਾਨ ਦੀ ਤਾਰੀਫ ਵੀ ਕਰ ਰਿਹਾ ਹੈ ਕਿ ਉਸ ਕੋਲ ਕਿਸ ਤਰ੍ਹਾਂ ਦਾ ਨਸ਼ਾ ਹੈ। ਵੀਡੀਓ ਦੇ ਵਿੱਚ ਇਹ ਸਭ ਕੁਝ ਸਾਫ਼ ਸੁਣਾਈ ਦੇ ਰਿਹਾ ਹੈ ਕਿ ਇਹ ਨੌਜਵਾਨ ਕਿਸ ਤਰ੍ਹਾਂ ਦੇ ਨਾਲ ਘਰ ਘਰ ਜਾ ਕੇ ਨਸ਼ਾ ਸਪਲਾਈ ਕਰ ਰਿਹਾ ਹੈ। ਦੱਸ ਦੇ ਕਿ ਵੀਡੀਓ ਮਾਨਸਾ ਦੀ ਦੱਸੀ ਜਾ ਰਹੀ ਹੈ ਜਿੱਥੇ ਇਹ ਨੌਜਵਾਨ ਆਪਣੇ ਮੋਟਰਸਾਈਕਲ ਤੇ ਨਿਕਲਿਆ ਹੋਇਆ ਹੈ ਅਤੇ ਘਰ ਘਰ ਜਾ ਕੇ ਨਸ਼ੇ ਦੀ ਸਪਲਾਈ ਦੇ ਰਿਹਾ ਹੈ, ਡਿਲੀਵਰੀ ਦੇ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਨੇ, ਪਰ ਦੱਸ ਦਈਏ ਕਿ ਦੂਜੇ ਪਾਸੇ ਪੁਲਿਸ ਦੇ ਵੱਲੋਂ ਵੀ ਪੂਰੀ ਵਾਹ ਲਗਾਈ ਜਾ ਰਹੀ ਹੈ, ਘਰ ਘਰ ਦੇ ਵਿੱਚ ਤਲਾਸ਼ੀ ਲਈ ਜਾ ਰਹੀ ਹੈ, ਕੋਨਾ ਕੋਨਾ ਖੰਗਾਲਿਆ ਜਾ ਰਿਹਾ ਹੈ। ਨਸ਼ਾ ਅਤੇ ਨਸ਼ੇ ਨਾਲ ਜੁੜੇ ਤਸਕਰ ਜਾਂ ਉਹਨਾਂ ਦੇ ਸਾਥੀ ਹਰ ਇੱਕ ਦੀ ਭਾਲ ਕੀਤੀ ਜਾ ਰਹੀ ਹੈ, ਕਈਆਂ ਨੂੰ ਗ੍ਰਿਫਤਾਰ ਕਰਕੇ ਪੁੱਛ ਪੜਤਾਲ ਵੀ ਕੀਤੀ ਜਾ ਰਹੀ ਹੈ। ਸੋ ਦੇਖਣਾ ਹੋਏਗਾ ਕਿ ਆਖਿਰ ਕਦੋਂ ਤੱਕ ਇਹ ਸਾਰੇ ਨਸ਼ਾ ਤਸਕਰ ਫੜੇ ਜਾਂਦੇ ਨੇ, ਕਿਸ ਹੱਦ ਤੱਕ ਨਸ਼ਾ ਬਰਾਮਦ ਹੁੰਦਾ ਹੈ। ਮੈਂ ਨਹੀਂ ਦਿਖਾਈ ਦੋ ਮਿੰਟ ਦੋਨੇ ਦਿਖਾ ਦੇ, ਵਧੀਆ ਬਿੱਟਾ ਨੇ ਜਮਾ, ਜਮਾ ਵਧੀਆ ਬਿੱਟਾ, ਪੂਰੀ ਵਧੀਆ ਬਿੱਟਾ ਬਾਈ, ਹੈ ਪੂਰੀ ਵਧੀਆ ਬਿੱਟਾ ਹੈ, ਪੂਰੀ ਵਧੀਆ ਬਿੱਟਾ। ਮੈਂ ਕਹਿੰਦਾ ਯਾਰ ਜੇ ਮੈਂ ਬੈਠਾ ਯਾਰ ਇਹਦੋਂ ਪੁੱਛ ਲੈ ਮੈਂ ਤੂੰ ਕਿੰਨੇ ਵਾਰੀ ਲੈ ਕੇ ਵਾ ਗਿਆ ਤੂੰ ਸਮਾਨ, ਸਮਾਨ ਕਿੱਦਾਂ ਸਮਾਨ ਵਧੀਆ ਤੂੰ ਵਧੀਆ ਲੈ ਕੇ ਜਾਂਦਾ ਇੱਥੋਂ, ਵਧੀਆ ਲੈ ਕੇ ਜਾਂਦਾ ਤਾਂ ਹੀ ਮੈਨੂੰ ਦਿੰਦਾ ਹੈ, ਨਹੀਂ ਮੈਂ ਕਿਸੇ ਹੋਰ ਨੂੰ ਦਿੰਦਾ ਨਹੀਂ, ਮੈਂ ਵਧੀਆ ਬਿੱਟਾ ਫਾਲਤੂ ਬੰਦਿਆਂ ਨੂੰ ਮੈਂ ਦਿੰਦਾ ਨਹੀਂ, ਫਾਲਤੂ ਬੰਦਿਆਂ ਨੂੰ ਮੈਂ ਦਿੰਦਾ ਨਹੀਂ। ਮੋਟਰਸਾਈਕਲ ਤੇ ਨਸ਼ਾ ਡਿਲੀਵਰ ਕਰਦੇ ਇੱਕ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਘਰ ਘਰ ਦੇ ਵਿੱਚ ਨਸ਼ੇ ਦੀ ਡਿਲੀਵਰੀ ਦੇ ਰਿਹਾ ਹੈ। ਇੱਕ ਪਾਸੇ ਤਾਂ ਜਿੱਥੇ ਪੁਲਿਸ ਦੇ ਵੱਲੋਂ ਸੂਬੇ ਭਰ ਦੇ ਵਿੱਚ ਆਪਰੇਸ਼ਨ ਕਾਸੂ ਚਲਾਇਆ ਜਾ ਰਿਹਾ ਹੈ, ਘਰ ਘਰ ਦੇ ਵਿੱਚ ਤਲਾਸ਼ੀ ਲਈ ਜਾ ਰਹੀ ਹੈ, ਨਸ਼ਾ ਤੇ ਨਸ਼ਾ ਤਸਕਰਾਂ ਨੂੰ ਲੱਭਿਆ ਜਾ ਰਿਹਾ ਹੈ, ਤੇ ਇਸੇ ਵਿਚਾਲੇ ਹੀ ਇਹ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਇਹ ਨੌਜਵਾਨ ਸ਼ਰਿਆਮ ਬਾਈਕ ਤੇ ਨਿਕਲਿਆ ਹੋਇਆ ਹੈ ਤੇ ਘਰ ਘਰ ਨਸ਼ੇ ਦੀ ਡਿਲੀਵਰੀ ਕਰ ਰਿਹਾ ਹੈ। ਇੰਨਾ ਹੀ ਨਹੀਂ ਇਹ ਤਾਂ ਡਿਲੀਵਰੀ ਕਰਦਾ ਹੋਇਆ ਬਿਲਕੁਲ ਕਿਸੇ ਕੰਪਨੀ ਦੇ ਸੇਲਜ਼ਮੈਨ ਦੀ ਤਰ੍ਹਾਂ ਆਪਣੇ ਸਮਾਨ ਦੀ ਤਾਰੀਫ ਵੀ ਕਰ ਰਿਹਾ ਹੈ ਕਿ ਉਸ ਕੋਲ ਕਿਸ ਤਰ੍ਹਾਂ ਦਾ ਨਸ਼ਾ ਹੈ। ਵੀਡੀਓ ਦੇ ਵਿੱਚ ਇਹ ਸਭ ਕੁਝ ਸਾਫ਼ ਸੁਣਾਈ ਦੇ ਰਿਹਾ ਹੈ ਕਿ ਇਹ ਨੌਜਵਾਨ ਕਿਸ ਤਰ੍ਹਾਂ ਦੇ ਨਾਲ ਘਰ ਘਰ ਜਾ ਕੇ ਨਸ਼ਾ ਸਪਲਾਈ ਕਰ ਰਿਹਾ ਹੈ। ਦੱਸ ਦਈਏ ਕਿ ਵੀਡੀਓ ਮਾਨਸਾ ਦੀ ਦੱਸੀ ਜਾ ਰਹੀ ਹੈ ਜਿੱਥੇ ਇਹ ਨੌਜਵਾਨ ਆਪਣੇ ਮੋਟਰਸਾਈਕਲ ਤੇ ਨਿਕਲਿਆ ਹੋਇਆ ਹੈ ਅਤੇ ਘਰ ਘਰ ਜਾ ਕੇ ਨਸ਼ੇ ਦੀ ਸਪਲਾਈ ਦੇ ਰਿਹਾ ਹੈ, ਡਿਲੀਵਰੀ ਦੇ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਨੇ, ਪਰ ਦੱਸ ਦਈਏ ਕਿ ਦੂਜੇ ਪਾਸੇ ਪੁਲਿਸ ਦੇ ਵੱਲੋਂ ਵੀ ਪੂਰੀ ਵਾਹ ਲਗਾਈ ਜਾ ਰਹੀ ਹੈ, ਘਰ ਘਰ ਦੇ ਵਿੱਚ ਤਲਾਸ਼ੀ ਲਈ ਜਾ ਰਹੀ ਹੈ, ਕੋਨਾ ਕੋਨਾ ਖੰਗਾਲਿਆ ਜਾ ਰਿਹਾ ਹੈ। ਨਸ਼ਾ ਅਤੇ ਨਸ਼ੇ ਨਾਲ ਜੁੜੇ ਤਸਕਰ ਜਾਂ ਉਹਨਾਂ ਦੇ ਸਾਥੀ ਹਰ ਇੱਕ ਦੀ ਭਾਲ ਕੀਤੀ ਜਾ ਰਹੀ ਹੈ, ਕਈਆਂ ਨੂੰ ਗ੍ਰਿਫਤਾਰ ਕਰਕੇ ਪੁੱਛ ਪੜਤਾਲ ਵੀ ਕੀਤੀ ਜਾ ਰਹੀ ਹੈ।
ਸੋ ਦੇਖਣਾ ਹੋਏਗਾ ਕਿ ਆਖਿਰ ਕਦੋਂ ਤੱਕ ਇਹ ਸਾਰੇ ਨਸ਼ਾ ਤਸਕਰ ਫੜੇ ਜਾਂਦੇ ਨੇ, ਕਿਸ ਹੱਦ ਤੱਕ ਨਸ਼ਾ ਬਰਾਮਦ ਹੁੰਦਾ ਹੈ।